ਅੰਮ੍ਰਿਤਸਰ ਵਿਖੇ ਸਾਈਂ ਮੀਆਂ ਮੀਰ ਜੀ ਦੇ ਵੰਸ਼ਲੀ ਰਜ਼ਾ ਦੇ ਸੇਵਾਦਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਹਨਾਂ ਦੇ ਵੱਲੋਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੇ ਨਾਲ ਹੀ ਇਸ ਪਵਿੱਤਰ ਦਿਹਾੜੇ ਦੇ ਮੌਕੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਹੈੱਡ ਗ੍ਰੰਥੀ ਨੂੰ ਵਧਾਈਆਂ ਦਿੱਤੀਆਂ ਤੇ ਮੀਡੀਆ ਦੇ ਨਾਲ ਗੱਲਬਾਤ ਕੀਤੀ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਹੁਤ ਹੀ ਵਡਭਾਗਾ ਦਿਨ ਹੈ ਕਿ ਹਰਿਮੰਦਰ ਸਾਹਿਬ ਦੇ ਵਿੱਚ ਸਾਈਂ ਮੀਆਂ ਮੀਰ ਜੀ ਨੇ ਇਸ ਜਗ੍ਹਾ ਤੇ 1578 ਦੇ ਵਿੱਚ ਨੀਂਹ ਪੱਥਰ ਰੱਖਿਆ ਸੀ ਅਤੇ ਸਤਿਗੁਰੂ ਜੀ ਨੇ ਉਹਨਾਂ ਦੀ ਬਦੌਲਤ ਅਲੀ ਰਜ਼ਾ ਜੀ ਨੇ ਸਾਨੂੰ ਸਿੰਘ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਭੇਜਿਆ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣਾ ਸਰੋਪਾ ਉੱਥੋਂ ਭੇਜ ਕੇ ਨਿਵਾਜਿਆ ਹੈ ਅਤੇ ਆਪ ਜੀ ਦੇ ਘਰ ਵਿੱਚ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸੰਤ ਜਾ ਕੇ ਸਤਿਗੁਰ ਉਹਨਾਂ ਨੂੰ ਨਿਵਾਜ ਕੇ ਦੇਣ ਅਤੇ ਸਭ ਕਾਰਜ ਪੂਰੇ ਕਰਨਾ ਉਹਨਾਂ ਵੱਲੋਂ ਅਰਦਾਸ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਹੋਰ ਉਹਨਾਂ ਦੇ ਵੱਲੋਂ ਇਸ ਦੇ ਬਾਰੇ ਕੀ ਆਖਿਆ ਗਿਆ ਉਹ ਤੁਸੀਂ ਆਪ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਵੱਡਾ ਸੁਭਾਗਾ ਦਿਨ ਹੈ ਸਾਡੇ ਜੀਵਨ ਵਿੱਚ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਆਪ 25 ਸਾਲ ਦੀ ਅਵਸਥਾ ਵਿੱਚ ਸੰਨ 1588 ਵਿੱਚ ਸਾਈਂ ਮੀਆਂ ਮੀਰ ਜੀ ਨੂੰ ਜੋ 38 ਸਾਲ ਦੀ ਉਮਰ ਵਿੱਚ ਸਨ ਉਸ ਵਕਤ ਉਹਨਾਂ ਨੂੰ ਬਹੁਤ ਹੀ ਅਦਬ ਸਤਿਕਾਰ ਸਹਿਤ ਆਪਣੇ ਪਾਸ ਬੁਲਾ ਕੇ ਮਾਘੀ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰਖਵਾਈ। ਇਹ ਸੱਚੇ ਪਾਤਸ਼ਾਹ ਮਹਾਰਾਜ ਦੀ ਆਪਣੀ ਇੱਕ ਅਦੁੱਤੀ ਕਿਸਮ ਦੀ ਖੇਲ ਹੈ ਜਿਹਦੇ ਵਿੱਚ ਸਤਿਪੁਰਖਾਂ ਦਾ ਬਹੁਤ ਵੱਡਾ ਸੁਮੇਲ ਹੋਇਆ ਇਸ ਮਹਾਨ ਪਾਵਨ ਅਸਥਾਨ ਦੇ ਪਵਿੱਤਰ ਦਿਹਾੜੇ 'ਤੇ। ਔਰ ਸਾਨੂੰ ਬਹੁਤ ਵੱਡੀ ਪ੍ਰਸੰਨਤਾ ਹੈ ਕਿ ਸਾਈਂ ਮੀਆਂ ਮੀਰ ਜੀ ਦੇ ਉਸ ਪਾਵਨ ਅਸਥਾਨ 'ਤੇ ਜੋ ਕਾਦਰੀ ਸਾਹਿਬ ਬਹੁਤ ਵੱਡੀ ਮਹਾਨ ਸੇਵਾ ਨਿਭਾ ਰਹੇ ਨੇ ਉਹ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੀ ਪਾਵਨ ਯਾਦ ਵਿੱਚ ਹਰ ਸਾਲ ਸਮਾਗਮ ਕਰਦੇ ਹਨ ਪਾਕਿਸਤਾਨ ਦੀ ਧਰਤੀ 'ਤੇ। ਯਾਦ ਰੱਖਦੇ ਹਨ ਆਪਣੇ ਪੁਰਖਿਆਂ ਦੇ ਉਹਨਾਂ ਦੇ ਵੱਢ ਵਡੇਰਿਆਂ ਨੇ ਜੋ ਇਹ ਪਵਿੱਤਰ ਜੋ ਚੜ੍ਹਦੀ ਕਲਾ ਦੇ ਕਾਰਜ ਕੀਤੇ ਉਹਨਾਂ ਦੀ ਯਾਦ ਅੱਜ ਵੀ ਹੋ ਰੱਖਦੀ ਹੈ। ਸਿੱਖ ਪੰਥ ਨਾਲ ਬਹੁਤ ਵੱਡੀ ਉਹਨਾਂ ਦੀ ਸਾਂਝ ਹੈ ਬਹੁਤ ਵੱਡੀ ਸੁਮੇਲਤਾ ਹਰ ਸਮੇਂ ਉਹ ਬਣਾ ਕੇ ਚੱਲਦੇ ਹਨ ਔਰ ਧਰਮੀ ਪੁਰਸ਼ਾਂ ਦਾ ਇਹੀ ਵੱਡਾ ਗੁਣ ਹੋਇਆ ਕਰਦਾ ਹੈ। ਅੱਜ ਅਸੀਂ ਸਾਈਂ ਜੀ ਦੇ ਵਾਸਤੇ ਸਿਰੋਂ ਪਾਓ ਭੇਜ ਰਹੇ ਹਾਂ ਔਰ ਉਹਨਾਂ ਨੇ ਵੀ ਬਹੁਤ ਅਦਬ ਸਤਿਕਾਰ ਵਿੱਚ ਜੋ ਸੰਗਤ ਨੂੰ ਸੋਹਲ ਸਾਹਿਬ ਆਏ ਬਾਬਾ ਜੀ ਆਏ ਨਾਲ ਸੰਗਤ ਆਈ ਭੇਜ ਕੇ ਜੋ ਸਿਰੋਂ ਪਾਓ ਉਹਨਾਂ ਨੇ ਹਾਸਿਲ ਕੀਤਾ ਹੈ ਮਹਾਰਾਜ ਸਦਾ ਵਾਸਤੇ ਮਿਹਰ ਭਰੇ ਹੱਥ ਬਣਾਈ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਵਡਭਾਗਾ ਦਿਨ ਹੈ ਹਰਿਮੰਦਰ ਸਾਹਿਬ ਦੇ ਵਿੱਚ ਸਾਈਂ ਮੀਆਂ ਮੀਰ ਜੀ ਨੇ ਇਸ ਜਗ੍ਹਾ 'ਤੇ 1588 ਦੇ ਵਿੱਚ ਨੀਂਹ ਪੱਥਰ ਰੱਖਿਆ ਸੀ ਸਤਿਗੁਰੂ ਜੀ ਨੇ। ਉਹਨਾਂ ਦੀ ਬਦੌਲਤ ਅੱਜ ਅਲੀ ਰਾਜਾ ਜੀ ਨੇ ਸਾਨੂੰ ਸਿੰਘ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਭੇਜਿਆ ਹੈਗਾ ਹੈ ਤਾਂ ਅਸੀਂ ਉਹਨਾਂ ਨੇ ਆਪਣਾ ਸਰੋਪਾ ਉੱਥੋਂ ਭੇਜ ਕੇ ਨਿਵਾਜਿਆ ਹੈ। ਆਪ ਜੀ ਦੇ ਗੜੀ ਉਹਨਾਂ ਨੇ ਬੇਨਤੀ ਕੀਤੀ ਹੈ ਜਾ ਕੇ ਸਤਿਗੁਰੂ ਉਹਨਾਂ ਨੂੰ ਨਿਵਾਜ ਕੇ ਦੇਣਾ, ਸਭ ਕਾਰਜ ਪੂਰੇ ਕਰਨਾ, ਉਹਨਾਂ ਵੱਲੋਂ ਅਰਦਾਸ ਕਰਨੀ ਸਤਿਗੁਰੂ ਦੇ। ਹਰਿਮੰਦਰ ਸਾਹਿਬ ਸਿੰਘ ਸਾਹਿਬ ਨੂੰ ਕਿਹਾ ਗਿਆ ਹੈ ਵੀ ਅਰਦਾਸ ਕਰਨਾ, ਚੜ੍ਹਦੀ ਕਲਾ ਰੱਖਣ, ਸਭ ਸਿੱਖਾਂ ਵਿੱਚ ਐਸੀ ਕਿਰਪਾ ਕਰਨ ਸਾਰਿਆਂ ਦੇ ਉੱਤੇ ਆਪਣੀ ਕਲਾ ਵਰਤਾਨ ਸਤਿਗੁਰੂ ਐਸੀ ਕਿਰਪਾ ਦਿੰਦਾ। ਬਹੁਤ ਸੱਚੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰੁਪਿੰਦਰ ਸਿੰਘ ਸ਼ਾਮਪੁਰਾ, ਜੋ ਇੰਡੀਆ ਚੈਪਟਰ ਹੈ ਆਪਣਾ ਸਾਈਂ ਮੀਆਂ ਮੀਰ ਫਾਊਂਡੇਸ਼ਨ, ਉਹਦਾ ਮੈਂ ਇੰਡੀਆ ਦਾ ਪ੍ਰੈਜੀਡੈਂਟ ਹੈ। ਅੱਜ ਦੇ ਦਿਨ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰੀ ਸੰਗਤ ਦੇ ਨਾਲ ਇੱਥੇ ਨਤਮਸਤਕ ਹੋਏ ਹਾਂ
ਜੋ ਮਾਘੀ ਵਾਲੇ ਦਿਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਈਂ ਮੀਆਂ ਮੀਰ ਜੀ ਤੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ ਸੀ ਅਤੇ ਅੱਜ ਬਹੁਤ ਵਡਭਾਗਾ ਦੇਣ ਅਤੇ ਉਹਦੇ ਸੰਬੰਧ ਦੇ ਵਿੱਚ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੋਈਆਂ, ਅਕਾਲ ਤਖਤ ਸਾਹਿਬ ਵੀ ਨਤਮਸਤਕ ਹੋਏ ਆ ਅਤੇ ਸ਼੍ਰੀ ਹਰਿਮੰਦਰ ਸਾਹਿਬ ਵੀ। ਅਤੇ ਅੱਜ ਦੇ ਦਿਨ ਮੈਂ ਸਾਰੀ ਸਮੂਹ ਸੰਗਤ ਨੂੰ ਦੇਸ਼ ਵਿਦੇਸ਼ ਜੋ ਉਹਦੇ ਸੰਬੰਧ ਦੇ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਅਤੇ ਇਸੇ ਸੰਬੰਧ ਦੇ ਵਿੱਚ ਸਾਈਂ ਅਲੀ ਰਜ਼ਾ ਕਾਦਰੀ ਜੋ ਸਾਈਂ ਮੀਆਂ ਮੀਰ ਜੀ ਦੀ ਗੱਦੀ 'ਤੇ ਨੇ ਇਸ ਮੌਕੇ, ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਵਾਂ ਕਿ ਅੱਜ ਬਹੁਤ ਵਡਭਾਗਾ ਦੇਣੇ, ਸਾਰੀਆਂ ਸੰਗਤਾਂ ਦੇ ਮਨਾਂ 'ਚ ਬਹੁਤ ਖੁਸ਼ੀ ਹੈ। ਇਸੇ ਨਾਲ ਹੀ ਮੈਂ ਆਪ ਜੀ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ, ਪਬਲਿਕ ਟਾਈਮਜ਼।